ਮੋਗਾ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਇੱਕ ਲਵਾਰਸ ਖੜੇ ਕੈਂਟਰ ਵਿੱਚੋਂ 150 ਪੇਟੀਆਂ ਚੰਡੀਗੜ੍ਹ ਦੀ ਸ਼ਰਾਬ ਬਰਾਮਦ ਕੀਤੀ ਹੈ, ਜਦਕਿ ਸ਼ਰਾਬ ਸਮਗਲਰ ਪੁਲਿਸ ਦੇ ਕਾਬੂ ਨਹੀਂ ਆ ਸਕੇ। ਫੋਕਲ ਪੁਆਇੰਟ ਚੌਂਕੀ ਦੇ ਇੰਚਾਰਜ ਜਸਵੰਤ ਸਿੰਘ ਮੁਤਾਬਿਕ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਇੱਕ ਖਾਲੀ ਪਲਾਟ ਵਿੱਚ ਪਿਛਲੇ 2 ਦਿਨਾਂ ਤੋਂ ਇੱਕ ਕੈਂਟਰ ਖੜਾ ਹੈ ਜਿਸ ਵਿੱਚ ਸ਼ਰਾਬ ਭਰੀ ਹੋਈ ਹੈ, ਜਿਸ ਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਚਮਨ ਲਾਲ ਤੇ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਕੈਂਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਤਲਾਸ਼ੀ ਲਈ। ਕੈਂਟਰ ਵਿੱਚੋਂ 150 ਪੇਟੀ ਸ਼ਰਾਬ ਬਰਾਮਦ ਹੋਈ। ਇਸ ਸੰਬੰਧ ਵਿੱਚ ਥਾਣਾ ਸਿਟੀ ਮੋਗਾ ਵਿੱਚ 3 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਜਿਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਅੱਜ ਸ਼ਾਮ ਨੂੰ 5:30 ਅਸੀਂ ਗਸ਼ਤ ਜਾ ਰਹੇ ਸੀ ਤੇ ਸਾਨੂੰ ਮੁੱਖ ਕਾਰਨ ਸਲਾਹ ਦਿੱਤੀ ਕਿ ਗੱਡੀ ਖੜੀ ਆ, ਅਸੀਂ ਭਗਤ ਸਿੰਘ ਨਗਰ ਗਲੀ ਦੇ ਵਿੱਚ 2 ਦਿਨ ਤੋਂ ਕੈਂਟਰ ਸੀਗਾ ਤੇ ਜਿਸ ਵਿੱਚ ਲੱਗਦੀ ਕੋਈ ਨਜਾਇਜ਼ ਚੀਜ਼ ਹੈਗੀ ਹੈ, ਇਹਨੂੰ ਕੋਈ ਲੈਣ ਨਹੀਂ ਆਇਆ ਤੇ ਇਹਨੂੰ ਮੀਤੀ ਨਾਂ ਦੇ ਸਾਗਰ ਤੇ ਕਿਰਪਾਲ ਸਿੰਘ ਇਹ ਛੱਡ ਕੇ ਗਏ, ਮੁੜ ਕੇ ਲੈਣ ਨਹੀਂ ਆਏ ਤੇ ਇਹਦੇ ਬਾਰੇ ਪਤਾ ਕੀਤਾ ਜਾਵੇ ਤੇ ਵਿੱਚ ਹੋ ਸਕਦਾ ਮੈਨੂੰ ਸ਼ਰਾਬ ਦੀ ਸ਼ੱਕ ਹੈ ਨਾ, ਅਤੇ ਜਿਨ੍ਹਾਂ 'ਤੇ ਮੈਂ ਸ਼ੱਕ ਫੋਨ ਕਰਨ ਸ਼ੱਕ ਫੋਨ ਕਰਨੀ ਮੈਂ ਆਪਣੇ ਐਕਸਾਈਜ਼ ਇੰਸਪੈਕਟਰ ਨਾਲ ਕਨੈਕਟ ਕੀਤਾ, ਉਹ ਮੌਕਾ 'ਤੇ ਆਪਣੇ ਫੋਰਸ ਲੈ ਕੇ ਪਹੁੰਚੇ, ਅਸੀਂ ਜੁਆਇੰਟ ਰੈਡ ਕੀਤਾ, ਜਦੋਂ ਚੈੱਕ ਕੀਤੀ ਜਾ ਕੇ ਤੇ ਜਿਹਦੇ ਵਿੱਚ 150 ਪੇਟੀ ਚੰਡੀਗੜ੍ਹ ਮਾਰਕਾ ਨੈਣਾ ਮਿਲੀ ਹੈ। ਇਹ ਘਰ ਦਾ ਘਰੇਲੂ ਸਮਾਨ ਫਰਨੀਚਰ, ਜਾਣੀ ਕਿ ਇਹਨਾਂ ਨੇ ਸਮਾਨ ਸ਼ਰਾਬ ਦੀ ਸਮਗਲਿੰਗ ਵਾਸਤੇ ਇੱਕ ਬਹਾਨਾ ਬਣਾਇਆ ਸੀ, ਵਿੱਚ ਅਲਮਾਰੀ ਪੇਟੀ ਅਤੇ ਬੈੱਡ ਉਹ ਉਹਨਾਂ ਵਿੱਚ ਪਾ ਕੇ ਥੱਲੇ ਰੱਖੀ ਹੋਈ ਸੀ ਅਤੇ ਉਹ ਮੌਕੇ 'ਤੇ ਕਾਬੂ ਕਰ ਲਿਆ। ਵਿਭਾਗ ਨੂੰ ਕੀ ਕਾਰਵਾਈ ਹੈ ਜੀ? ਹਾਂਜੀ, ਵਿਭਾਗ ਵੱਲੋਂ ਕੀ ਕਾਰਵਾਈ? ਵਿਭਾਗ ਨੂੰ ਪਰਚਾ ਦਰਜ ਕਰ ਲਿਆ, ਦੋਸ਼ੀ ਅਜੇ ਮਿਲੇ ਨਹੀਂ, ਦੋਸ਼ੀਆਂ ਦੀ ਭਾਲ ਜਾਰੀ ਹੈ, ਜਲਦੀ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਹੋ ਜਾਵੇ। ਮੋਗਾ ਤੋਂ ਜੋਗਿੰਦਰ ਸਿੰਘ ਗਿੱਲ, ਖਬਰ ਹਰਪਲ ਇੰਡੀਆ ਲਈ। ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਅਪਡੇਟਸ ਮਿਲਦੀਆਂ ਰਹਿਣ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਿਓ।